ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਕਸਟਮ ਵਿਭਾਗ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਫੜੇ ਗਏ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ 51,45,000 ਰੁਪਏ ਹੈ। ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਕਸਟਮ ਵਿਭਾਗ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਸੋਨੇ ਦੇ ਕੁੱਲ 6 ਬਿਸਕਿਟ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ। ਦੱਸਦੇ ਕਿ ਇਹਨਾਂ ਤੇ ਟੇਪ ਲਪੇਟੀ ਹੋਈ ਸੀ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਇਹ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਸ਼ਾਰਜਾ ਤੋਂ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਛਾਣਬੀਨ ਦੌਰਾਨ ਕਸਟਮ ਸਟਾਫ ਨੇ ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਇੱਕ ਪੈਕੇਟ ਬਰਾਮਦ ਕੀਤਾ, ਜਿਸ ਦੇ ਵਿੱਚ 6 ਸੋਨੇ ਦੇ ਬਿਸਕਿਟ ਬਰਾਮਦ ਕੀਤੇ ਨੇ। ਸਲੇਟੀ ਚਿਪਕਣ ਵਾਲੀ ਟੇਪ ਦੇ ਵਿੱਚ ਇਹ ਲਪੇਟੀਆਂ ਹੋਈਆਂ ਸੀ ਤੇ ਇੱਕ ਇਲੈਕਟ੍ਰੋਨਿਕ ਟਰੈਕਰ ਡਿਵਾਈਸ ਵੀ ਅੰਸ਼ਕ ਤੌਰ ਤੇ ਲਪੇਟਿਆ ਹੋਇਆ ਸੀ। ਰਿਕਵਰੀ ਜਹਾਜ਼ ਦੇ ਅਗਲੇ ਵਾਸ਼ਰੂਮ ਦੇ ਫਰਸ਼ ਤੋਂ ਹੋਈ ਅਤੇ ਪੈਕੇਟ ਨੂੰ ਸਿੰਕ ਖੇਤਰ ਦੇ ਹੇਠਾਂ ਛੁਪਾਇਆ ਗਿਆ ਸੀ। ਸੋਨੇ ਦੀਆਂ ਪੱਟੀਆਂ ਦਾ ਕੁੱਲ ਵਜ਼ਨ 700 ਗ੍ਰਾਮ ਹੈ। ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ। ਇਸ ਨੂੰ ਕਸਟਮ ਐਕਟ 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਔਰ ਵਿਭਾਗ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਕਸਟਮ ਵਿਭਾਗ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਫੜੇ ਗਏ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ 51,45,000 ਰੁਪਏ ਹੈ। ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਕਸਟਮ ਵਿਭਾਗ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਸੋਨੇ ਦੇ ਕੁੱਲ 6 ਬਿਸਕਿਟ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ। ਦੱਸਦੇ ਕਿ ਇਹਨਾਂ ਤੇ ਟੇਪ ਲਪੇਟੀ ਹੋਈ ਸੀ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਇਹ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਸ਼ਾਰਜਾ ਤੋਂ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਛਾਣਬੀਨ ਦੌਰਾਨ ਕਸਟਮ ਸਟਾਫ ਨੇ ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਇੱਕ ਪੈਕੇਟ ਬਰਾਮਦ ਕੀਤਾ, ਜਿਸ ਦੇ ਵਿੱਚ 6 ਸੋਨੇ ਦੇ ਬਿਸਕਿਟ ਬਰਾਮਦ ਕੀਤੇ ਨੇ। ਸਲੇਟੀ ਚਿਪਕਣ ਵਾਲੀ ਟੇਪ ਦੇ ਵਿੱਚ ਇਹ ਲਪੇਟੀਆਂ ਹੋਈਆਂ ਸੀ ਤੇ ਇੱਕ ਇਲੈਕਟ੍ਰੋਨਿਕ ਟਰੈਕਰ ਡਿਵਾਈਸ ਵੀ ਅੰਸ਼ਕ ਤੌਰ ਤੇ ਲਪੇਟਿਆ ਹੋਇਆ ਸੀ। ਰਿਕਵਰੀ ਜਹਾਜ਼ ਦੇ ਅਗਲੇ ਵਾਸ਼ਰੂਮ ਦੇ ਫਰਸ਼ ਤੋਂ ਹੋਈ ਅਤੇ ਪੈਕੇਟ ਨੂੰ ਸਿੰਕ ਖੇਤਰ ਦੇ ਹੇਠਾਂ ਛੁਪਾਇਆ ਗਿਆ ਸੀ। ਸੋਨੇ ਦੀਆਂ ਪੱਟੀਆਂ ਦਾ ਕੁੱਲ ਵਜ਼ਨ 700 ਗ੍ਰਾਮ ਹੈ। ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ। ਇਸ ਨੂੰ ਕਸਟਮ ਐਕਟ 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਔਰ ਵਿਭਾਗ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਕਸਟਮ ਵਿਭਾਗ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਫੜੇ ਗਏ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ 51,45,000 ਰੁਪਏ ਹੈ। ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਕਸਟਮ ਵਿਭਾਗ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਸੋਨੇ ਦੇ ਕੁੱਲ 6 ਬਿਸਕਿਟ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ। ਦੱਸਦੇ ਕਿ ਇਹਨਾਂ ਤੇ ਟੇਪ ਲਪੇਟੀ ਹੋਈ ਸੀ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਇਹ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਸ਼ਾਰਜਾ ਤੋਂ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਛਾਣਬੀਨ ਦੌਰਾਨ ਕਸਟਮ ਸਟਾਫ ਨੇ ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਇੱਕ ਪੈਕੇਟ ਬਰਾਮਦ ਕੀਤਾ, ਜਿਸ ਦੇ ਵਿੱਚ 6 ਸੋਨੇ ਦੇ ਬਿਸਕਿਟ ਬਰਾਮਦ ਕੀਤੇ ਨੇ। ਸਲੇਟੀ ਚਿਪਕਣ ਵਾਲੀ ਟੇਪ ਦੇ ਵਿੱਚ ਇਹ ਲਪੇਟੀਆਂ ਹੋਈਆਂ ਸੀ ਤੇ ਇੱਕ ਇਲੈਕਟ੍ਰੋਨਿਕ ਟਰੈਕਰ ਡਿਵਾਈਸ ਵੀ ਅੰਸ਼ਕ ਤੌਰ ਤੇ ਲਪੇਟਿਆ ਹੋਇਆ ਸੀ। ਰਿਕਵਰੀ ਜਹਾਜ਼ ਦੇ ਅਗਲੇ ਵਾਸ਼ਰੂਮ ਦੇ ਫਰਸ਼ ਤੋਂ ਹੋਈ ਅਤੇ ਪੈਕੇਟ ਨੂੰ ਸਿੰਕ ਖੇਤਰ ਦੇ ਹੇਠਾਂ ਛੁਪਾਇਆ ਗਿਆ ਸੀ। ਸੋਨੇ ਦੀਆਂ ਪੱਟੀਆਂ ਦਾ ਕੁੱਲ ਵਜ਼ਨ 700 ਗ੍ਰਾਮ ਹੈ।
ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ। ਇਸ ਨੂੰ ਕਸਟਮ ਐਕਟ 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਔਰ ਵਿਭਾਗ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਕਸਟਮ ਵਿਭਾਗ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਫੜੇ ਗਏ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ 51,45,000 ਰੁਪਏ ਹੈ। ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਕਸਟਮ ਵਿਭਾਗ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਸੋਨੇ ਦੇ ਕੁੱਲ 6 ਬਿਸਕਿਟ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ। ਦੱਸਦੇ ਕਿ ਇਹਨਾਂ ਤੇ ਟੇਪ ਲਪੇਟੀ ਹੋਈ ਸੀ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਇਹ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਸ਼ਾਰਜਾਹ ਤੋਂ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਛਾਣਬੀਨ ਦੌਰਾਨ ਕਸਟਮ ਸਟਾਫ ਨੇ ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਇੱਕ ਪੈਕੇਟ ਬਰਾਮਦ ਕੀਤਾ, ਜਿਸ ਦੇ ਵਿੱਚ 6 ਸੋਨੇ ਦੇ ਬਿਸਕਿਟ ਬਰਾਮਦ ਕੀਤੇ ਨੇ। ਸਲੇਟੀ ਚਿਪਕਣ ਵਾਲੀ ਟੇਪ ਦੇ ਵਿੱਚ ਇਹ ਲਪੇਟੀਆਂ ਹੋਈਆਂ ਸੀ ਤੇ ਇੱਕ ਇਲੈਕਟ੍ਰੋਨਿਕ ਟਰੈਕਰ ਡਿਵਾਈਸ ਵੀ ਅੰਸ਼ਕ ਤੌਰ ਤੇ ਲਪੇਟਿਆ ਹੋਇਆ ਸੀ। ਰਿਕਵਰੀ ਜਹਾਜ਼ ਦੇ ਅਗਲੇ ਵਾਸ਼ਰੂਮ ਦੇ ਫਰਸ਼ ਤੋਂ ਹੋਈ ਅਤੇ ਪੈਕੇਟ ਨੂੰ ਸਿੰਕ ਖੇਤਰ ਦੇ ਹੇਠਾਂ ਛੁਪਾਇਆ ਗਿਆ ਸੀ। ਸੋਨੇ ਦੀਆਂ ਪੱਟੀਆਂ ਦਾ ਕੁੱਲ ਵਜ਼ਨ 700 ਗ੍ਰਾਮ ਹੈ। ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ। ਇਸ ਨੂੰ ਕਸਟਮ ਐਕਟ 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਔਰ ਵਿਭਾਗ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਕਸਟਮ ਵਿਭਾਗ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਫੜੇ ਗਏ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ 51,45,000 ਰੁਪਏ ਹੈ। ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਕਸਟਮ ਵਿਭਾਗ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਸੋਨੇ ਦੇ ਕੁੱਲ 6 ਬਿਸਕਿਟ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ। ਦੱਸਦੇ ਕਿ ਇਹਨਾਂ ਤੇ ਟੇਪ ਲਪੇਟੀ ਹੋਈ ਸੀ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਇਹ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਸ਼ਾਰਜਾਹ ਤੋਂ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਛਾਣਬੀਨ ਦੌਰਾਨ ਕਸਟਮ ਸਟਾਫ ਨੇ ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਇੱਕ ਪੈਕੇਟ ਬਰਾਮਦ ਕੀਤਾ, ਜਿਸ ਦੇ ਵਿੱਚ 6 ਸੋਨੇ ਦੇ ਬਿਸਕਿਟ ਬਰਾਮਦ ਕੀਤੇ ਨੇ। ਸਲੇਟੀ ਚਿਪਕਣ ਵਾਲੀ ਟੇਪ ਦੇ ਵਿੱਚ ਇਹ ਲਪੇਟੀਆਂ ਹੋਈਆਂ ਸੀ ਤੇ ਇੱਕ ਇਲੈਕਟ੍ਰੋਨਿਕ ਟਰੈਕਰ ਡਿਵਾਈਸ ਵੀ ਅੰਸ਼ਕ ਤੌਰ ਤੇ ਲਪੇਟਿਆ ਹੋਇਆ ਸੀ। ਰਿਕਵਰੀ ਜਹਾਜ਼ ਦੇ ਅਗਲੇ ਵਾਸ਼ਰੂਮ ਦੇ ਫਰਸ਼ ਤੋਂ ਹੋਈ ਅਤੇ ਪੈਕੇਟ ਨੂੰ ਸਿੰਕ ਖੇਤਰ ਦੇ ਹੇਠਾਂ ਛੁਪਾਇਆ ਗਿਆ ਸੀ। ਸੋਨੇ ਦੀਆਂ ਪੱਟੀਆਂ ਦਾ ਕੁੱਲ ਵਜ਼ਨ 700 ਗ੍ਰਾਮ ਹੈ। ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ। ਇਸ ਨੂੰ ਕਸਟਮ ਐਕਟ 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਔਰ ਵਿਭਾਗ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਕਸਟਮ ਵਿਭਾਗ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਫੜੇ ਗਏ ਸੋਨੇ ਦੀ ਕੀਮਤ ਅੰਤਰਰਾਸ਼ਟਰੀ ਪੱਧਰ ਤੇ 51,45,000 ਰੁਪਏ ਹੈ। ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਕਸਟਮ ਵਿਭਾਗ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ। ਸੋਨੇ ਦੇ ਕੁੱਲ 6 ਬਿਸਕਿਟ ਨੇ ਜਿਨ੍ਹਾਂ ਨੂੰ ਬਰਾਮਦ ਕੀਤਾ ਗਿਆ। ਦੱਸਦੇ ਕਿ ਇਹਨਾਂ ਤੇ ਟੇਪ ਲਪੇਟੀ ਹੋਈ ਸੀ। ਅੰਮ੍ਰਿਤਸਰ ਹਵਾਈ ਅੱਡੇ ਤੋਂ 700 ਗ੍ਰਾਮ ਇਹ ਸੋਨੇ ਦੇ ਬਿਸਕਿਟ ਬਰਾਮਦ ਕੀਤੇ ਗਏ ਨੇ। ਸ਼ਾਰਜਾਹ ਤੋਂ ਜਾ ਰਹੀ ਇੰਡੀਗੋ ਦੀ ਫਲਾਈਟ ਦੀ ਛਾਣਬੀਨ ਦੌਰਾਨ ਕਸਟਮ ਸਟਾਫ ਨੇ ਇੰਡੀਗੋ ਦੇ ਸਟਾਫ ਦੀ ਸਹਾਇਤਾ ਦੇ ਨਾਲ ਇੱਕ ਪੈਕੇਟ ਬਰਾਮਦ ਕੀਤਾ, ਜਿਸ ਦੇ ਵਿੱਚ 6 ਸੋਨੇ ਦੇ ਬਿਸਕਿਟ ਬਰਾਮਦ ਕੀਤੇ ਨੇ। ਸਲੇਟੀ ਚਿਪਕਣ ਵਾਲੀ ਟੇਪ ਦੇ ਵਿੱਚ ਇਹ ਲਪੇਟੀਆਂ ਹੋਈਆਂ ਸੀ ਤੇ ਇੱਕ ਇਲੈਕਟ੍ਰੋਨਿਕ ਟਰੈਕਰ ਡਿਵਾਈਸ ਵੀ
ਅੰਸ਼ਕ ਤੌਰ ਤੇ ਲਪੇਟਿਆ ਹੋਇਆ ਸੀ। ਰਿਕਵਰੀ ਜਹਾਜ਼ ਦੇ ਅਗਲੇ ਵਾਸ਼ਰੂਮ ਦੇ ਫਰਸ਼ ਤੋਂ ਹੋਈ ਅਤੇ ਪੈਕਟ ਨੂੰ ਸਿੰਕ ਖੇਤਰ ਦੇ ਹੇਠਾਂ ਛੁਪਾਇਆ ਗਿਆ ਸੀ। ਸੋਨੇ ਦੀਆਂ ਪੱਟੀਆਂ ਦਾ ਕੁੱਲ ਵਜ਼ਨ 700 ਗ੍ਰਾਮ ਹੈ। ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ। ਇਸ ਨੂੰ ਕਸਟਮ ਐਕਟ 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਔਰ ਵਿਭਾਗ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।